ਨਸ਼ੇ ਦੀ ਓਵਰਡੋਜ਼ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਆਪਣੇ ਨਾਨਕੇ ਘਰ ਰਹਿੰਦਾ ਸੀ ਔਰ ਮਾਪਿਆਂ ਦਾ ਇਕਲੌਤਾ ਪੁੱਤ ਸੀ। ਇਹ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ। ਫਿਲੌਰ ਪੁਲਿਸ ਨੂੰ ਤਲਵਣ ਰੋਡ ਆਲੂਆਂ ਦੇ ਸਟੋਰ ਦੇ ਨੇੜਿਓਂ 27-28 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ। ਇਸ ਸੰਬੰਧ ਦੇ ਵਿੱਚ ਮੌਕੇ 'ਤੇ ਪੁੱਜੇ ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਕੋਲੋਂ ਟੀਕਾ, ਇੱਕ ਮੋਬਾਈਲ ਫੋਨ, ਭੂਜੀਏ ਦਾ ਪੈਕਟ, ਬੀੜੀਆਂ ਦਾ ਬੰਡਲ ਬਰਾਮਦ ਹੋਇਆ। ਲਾਸ਼ ਦੀ ਪਹਿਚਾਣ ਨਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਕੰਗ ਰਾਈਆਂ ਫਲੌਰ ਵਜੋਂ ਹੋਈ। ਮਾਪਿਆਂ ਨੇ ਆਪਣੇ ਇਕਲੌਤੇ ਪੁੱਤ ਨੂੰ ਖੋਹ ਲਿਆ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹੋਸਪਿਟਲ ਦੇ ਵਿੱਚ ਰੱਖਿਆ ਗਿਆ ਔਰ ਇਹ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਸੀ, ਆਪਣੇ ਨਾਨਕੇ ਘਰ ਰਹਿੰਦਾ ਸੀ ਔਰ ਨਸ਼ਾ ਵੱਧ ਲੈਣ ਕਰਕੇ ਇਸ ਨੌਜਵਾਨ ਦੀ ਮੌਤ ਹੋ ਗਈ। ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਨਰਿੰਦਰ ਸਿੰਘ ਸਾਡੇ ਪਿੰਡ ਰਹਿੰਦਾ ਸੀ, ਸਾਡੀ ਭੈਣ ਦਾ ਲੜਕਾ, ਨਸ਼ੇ ਦਾ ਆਦੀ ਸੀ। ਕੋਈ ਪਤਾ ਨਹੀਂ, ਰੋਜ਼ਮਰਾ ਦੀ ਤਰ੍ਹਾਂ ਇਹ ਨਸ਼ਾ ਕਰਦਾ ਸੀ, ਘਰੋਂ ਗਿਆ, ਕਿੰਨਾ ਨਸ਼ਾ ਕੀਤਾ, ਕਿੱਥੇ ਕੀਤਾ, ਇਹ ਬਿਲਕੁਲ ਅਨਨੋਨ ਹੈ। ਸਾਡਾ ਕਿਸੇ ਨਾਲ ਕੋਈ ਬਿਲਾ ਸ਼ਿਕਵਾ ਵੀ ਹੈ ਨਹੀਂ। ਆਪਣੀਆਂ ਗਲਤੀਆਂ ਦੇ ਕਾਰਨ ਉਹਦੀ ਡੈਥ ਹੋ ਗਈ। ਸਾਨੂੰ ਇਹ ਵੀ ਨਹੀਂ ਪਤਾ ਉਹਨੂੰ ਕਿਹਨੇ ਹਸਪਤਾਲ ਦਾਖਲ ਕਰਵਾਇਆ। ਕਿੰਨੇ ਭੈਣ ਭਾਈ ਸੀ? ਇਹ ਦੋ ਭੈਣ ਭਰਾ ਸੀਗੇ ਜੀ, ਇੱਕ ਭੈਣ ਸੀ, ਇੱਕ ਭਰਾ ਸੀ। ਭੈਣ ਆਪਣੇ ਘਰ ਆ ਅਤੇ ਮਾਂ ਭਰਾਵਾਂ ਦੇ ਆਸਰੇ ਆਪਣਾ ਗੁਜ਼ਾਰਾ ਕਰਦੀ ਆ। ਸਾਡੇ ਕੋਲ ਜਦੋਂ ਲੈ ਗਿਆ ਇਹ ਬਰੋਡ ਡੈਡੀ ਸੀਗੇ, ਬਰੋਡ ਡੈਡੀ ਸੀਗਾ ਤੇ ਲੱਗਦਾ ਤਾਂ ਹਾਲਾਤਾਂ ਦੇ ਹਿਸਾਬ ਨਾਲ ਓਵਰਡੋਜ਼ ਆ। ਬਾਕੀ ਅਸੀਂ ਪੋਸਟਮਾਰਟਮ ਕਰਾਂਗੇ ਉਹਦੇ ਵਿੱਚ ਕੀ ਮੁੱਖ ਕਾਰਨ ਕੀ ਹੈਗਾ ਵਾ ਜਿਹਨਾਂ ਡੈਥ ਹੋਈ ਆ। ਤੇ ਉਹਨਾਂ ਦੇ ਕੋਲ ਬਰਾਮਦ ਸਾਨੂੰ ਸਰਿੰਜ, ਨੀਡਲ ਤੇ ਜਦੋਂ ਘਰ ਦੇ ਆਏ ਉਹਨਾਂ ਤੋਂ ਵੀ ਪਤਾ ਲੱਗਾ ਕਿ ਉਹ ਇੰਜੈਕਸ਼ਨ ਵਗੈਰਾ ਜਾਂ ਨਸ਼ੇ ਦਾ ਆਦੀ ਹੈਗਾ। ਪਰਿਵਾਰ ਆ ਗਿਆ ਸੀ? ਪਰਿਵਾਰ ਦੇ ਮੈਂਬਰ ਫੋਨ ਕਰ ਦਿੱਤਾ ਸੀ, ਉਹ ਬੰਦ ਵਿੱਚ ਆ ਗਏ ਸੀ ਰਾਤ ਨੂੰ। ਪੁਲਿਸ ਨੂੰ ਇਨਫੋਰਮੇਸ਼ਨ ਭੇਜ ਦਿੱਤੀ ਆ, ਬਣ ਦੀ ਕਾਰਵਾਈ ਅੱਗੇ ਜੋ ਵੀ ਆਪਾਂ ਪੋਸਟਮਾਰਟਮ ਕਰਨਾ ਪੈਣਾ ਤੇ ਪੁਲਿਸ ਨੂੰ ਹੈਂਡ ਓਵਰ ਕਰ ਦਾਂਗੇ ਡੈਡ ਬੋਡੀ। ਮੈਂ ਇਸੇ ਧਰਮਿੰਦਰ ਸਿੰਘ, ਥਾਣਾ ਫਲੌਰ, ਅੱਜ ਬਤੌਰ ਡਿਊਟੀ ਅਫਸਰ ਇੱਕ ਇੰਟੀਮੇਸ਼ਨ ਮਿਲੀ ਸੀਗੀ ਵੀ ਨਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕੰਗ ਰਹੀਆਂ, ਉਮਰ ਕਰੀਬ ਇਹਦੀ 27 ਸਾਲ ਦੱਸਦੇ ਆ। ਪਿੰਡ ਦੇ ਮੂਹਤਵਾਰ ਬੰਦਿਆਂ ਕੋਲ ਪੁੱਛਿਆ, ਉਹ ਕਹਿੰਦੇ ਦੱਸਦੇ ਆ ਵੀ ਇਹਦਾ ਜਿਹੜਾ ਨਸ਼ੇ ਦਾ ਆਦੀ ਸੀਗਾ, ਵੀ ਨਸ਼ਾ ਕਰਕੇ ਜਿਹੜਾ ਸਾਰਾ ਦਿਨ ਘੁੰਮਦਾ ਰਹਿੰਦਾ ਸੀਗਾ ਅਤੇ ਅੱਜ ਵੀ ਜਿਹੜਾ ਰਾਤ ਇਹਦੀ ਡੈਥ ਹੋਈ ਆ ਨਸ਼ੇ ਦੇ ਕਾਰਨ ਹੀ ਹੋਈ ਆ। ਅਤੇ ਬਾਕੀ 174 ਦੀ ਕਾਰਵਾਈ ਕਰਾ ਰਹੇ ਹਾਂ, ਦੇਖਦੇ ਹਾਂ ਜੋ ਸਾਹਮਣੇ ਆਊਗਾ ਬਣ ਦੀ ਕਾਰਵਾਈ ਕਰ ਦਾਂਗੇ। ਪਰਿਵਾਰਕ ਮੈਂਬਰ ਦੇ ਵਿੱਚ ਇੱਕ ਮਾਮਾ ਆਇਆ, ਉਹਨਾਂ ਦਾ ਜਿਹੜੀ ਉਹਨਾਂ ਦੀ ਮਾਤਾ ਆ ਉਹਦਾ ਆਪਣੇ ਪੇਕੇ ਘਰ ਹੀ ਰਹਿੰਦੀ ਆ। ਕਿੰਨੇ ਭੈਣ ਭਾਈ ਆ? ਇਹ ਦੋ ਭੈਣ ਭਾਈ ਦੱਸਦੇ ਆ।